कहिंदे ने बंदा सप्प ते डंग दे नाल नहीं बल्कि डर नाल मरदा ते बंदा गोली नाल नहीं गोली दे डर नाल मरदा। कुछ जिहा ही होया अज तरन तारण दे विच होए पुलिस एनकाउंटर दे विच। तरन तारण दे विच बीती रात पुलिस नूं हड़कंप मच गया सी। एक तो बाद एक पंज पेट्रोल पंप लुटे गए। दिन दा उजाला होया ते एक मेडिकल दी दुकान लुटी गई। दो गड्डियां लुटियां गईयां। पुलिस परेशान सी। इस दौरान अचानक संदिग्धा दी गड्डी पुलिस नूं नजर आ गई। बस फिर की सी पुलिस पिछा करन लग पई ते इस दौरान उन्हां दी गड्डी एक खेत विच फस गई। फिर सारे भज के एक पैलेस दे विच जा वड़े। उस तों बाद शुरू होया एनकाउंटर। तरन तारण के एस एस पी ने खुद इस गल की जानकारी दी है कि एनकाउंटर के दौरान दो पुलिस मुलाजम जख्मी होए ने ते इस तो अलावा हमलावर लुटेरे भी जख्मी होए ने। पर इस दे नाल ही उन्होंने एक जानकारी होर दी कि एक लुटेरा मौके पर मारिया गया और जड़ा मारिया गया है उसनों खरोच भी नहीं आई। हालांकि गोली उसके नाल दे लुटेरे नूं लगी सी पर वह मौके पर डिग पिया। पुलिस ने उसकी पड़ताल की तो उसनों कोई खरोच तक भी नहीं आई सी। फिलहाल पुलिस का दावा है कि उसने ज़्यादा नशा ਕੀਤਾ ਹੋਇਆ ਸੀ। ਉਸਦੀ ਮੌਤ ਦੀ ਵਜ੍ਹਾ ਓਵਰਡੋਜ਼ ਵੀ ਹੋ ਸਕਦੀ ਹੈ। ਪਰ ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਮੌਕੇ ਦੇ ਉੱਤੇ ਜਦੋਂ ਉਸਦੇ ਸਾਥੀ ਨੂੰ ਗੋਲੀ ਲੱਗੀ ਤੇ ਉਸੇ ਵੇਲੇ ਡਿੱਗ ਪਿਆ ਸੀ, ਜਿਸ ਦੇ ਨਾਲ ਇਸ ਗੱਲ ਦੀ ਸ਼ੰਕਾ ਪੂਰੀ ਹੈ ਕਿ ਉਹ ਡਰ ਦੇ ਨਾਲ ਮਰਿਆ ਹੈ। पुलिस ने किवें इस एनकाउंटर नूं अंजाम दिता ते किवें होई लुटेरिया दी गिरफ्तारी ते आखिरकार लुटेरे दे मरण दी की वजह रही, इस दी पूरी जानकारी तरन तारण दे एसएसपी ने प्रेस कॉन्फ्रेंस करके दित्ती है। तुसीं आप ही सुन लवो पूरी जानकारी दे रहे ने एसएसपी तरन तारण। दैनिक भेज पंजाबी टीवी लई तरन तारण तों कपिल गिल दी रिपोर्ट वेखो। बेसिकली पिछले 24 घंटे के तरन तारण डिस्ट्रिक्ट पांच वखरी वखरी थावां उपर पेट्रोल पंप के उपर खो हुई सीगियां ਅਤੇ ਉਹਦੇ ਜੋ ਅਕਿਊਜ ਸੀਗੇ ਉਹਦੇ ਪਿੱਛੇ ਅਸੀਂ ਲੱਗੇ ਸੀਗੇ। ਅਤੇ ਅੱਜ ਸਵੇਰੇ ਸਾਨੂੰ ਇਨਫੋਰਮੇਸ਼ਨ ਆਈ ਕਿ ਇਹਨਾਂ ਨੇ ਇੱਕ ਮੈਡੀਕਲ ਸਟੋਰ ਪਹਿਲੇ ਸਰਹਾਲੀ ਦੇ ਵਿੱਚ ਉੱਥੇ ਖੋ ਕੀਤੀ ਅਤੇ ਉਸ ਤੋਂ ਬਾਅਦ ਇਹ ਇਹਨਾਂ ਨੇ ਇੱਕ ਪਲਸ ਕਾਰ ਖੋ ਕੇ ਅਤੇ ਅੱਗੇ ਜਾ ਰਹੇ ਹੈਗੇ। ਅਸੀਂ ਇਮੀਜੀਏਟਲੀ ਸਾਰੇ ਡਿਸਟ੍ਰਿਕਟ ਦੇ ਵਿੱਚ ਨਾਕਾਬੰਦੀ ਕਰਾ ਕੇ ਸਾਰੇ ਸਾਡੇ ਡੀਓਜ਼ ਅਤੇ ਐਸ ਐਚ ਓਜ਼ ਔਨ ਰੋਡ ਅਲਰਟ ਪੋਜੀਸ਼ਨ ਦੇ ਵਿੱਚ ਘੁੰਮ ਫਿਰ ਰਹੇ ਸੀਗੇ, ਗਸ਼ਤ ਕਰ ਰਹੇ ਸੀਗੇ। ਅਤੇ ਐਸ ਐਚ ਓ ਸਿਟੀ ਪੱਟੀ ਲਖਵੀਰ ਸਿੰਘ ਨੂੰ ਇਹਦੀ ਇਨਫੋਰਮੇਸ਼ਨ, ਇਹਨੂੰ ਸ਼ੱਕੀ ਹਾਲਤ ਦੇ ਵਿੱਚ ਗਾੜੀ ਮਿਲੀ ਜਦੋਂ ਇਹਨਾਂ ਨੇ ਪਿੱਛੇ ਆਪਣੀ ਗੱਡੀ ਵਜਾਤੀ ਅਤੇ ਇਹ ਗੱਡੀ ਨੇ ਵੱਜਦੇ ਵੱਜਦੇ ਕਿੱਥੇ ਉਹਨਾਂ ਤੋਂ ਬੈਲੈਂਸ ਹੋਇਆ ਨਹੀਂ ਅਤੇ ਗੱਡੀ ਰੋਡ ਦੇ ਥੱਲੇ ਉਤਰ ਗਈ। ਇਹਨਾਂ ਨੇ ਉੱਥੇ ਤੋਂ ਮੁਲਾਜ਼ਮ ਦੇ ਉੱਪਰ ਜੋ ਪੁਲਿਸ ਪਾਰਟੀ ਸੀ ਉਹਦੇ ਉੱਪਰ ਫਾਇਰ ਕਰਤਾ, ਜਿਹਦੇ ਵਿੱਚ ਸਾਡਾ ਜੋ ਸਿਟੀ ਪੁਲਿਸ ਸਟੇਸ਼ਨ ਦੀ ਥਾਣੇ ਦੀ ਗੱਡੀ ਹੈ ਉਹਦੇ ਡਰਾਈਵਰ ਤੋਂ ਗੋਲੀ ਲੱਗੀ ਅਤੇ ਉੱਥੇ ਦੋ ਐਕਸਚੇਂਜ ਆਫ ਫਾਇਰ ਹੋਇਆ ਸੀਗਾ ਦੋਵੇਂ ਪੁਲਿਸ ਪਾਰਟੀ ਔਰ ਅਕਿਊਜ਼ ਦੇ ਵਿੱਚ। ਔਰ ਇੱਕ ਬੰਦਾ ਉੱਥੇ ਜਿਹਨੂੰ ਗੋਲੀ ਲੱਗੀ ਸੀ ਉਹ ਅਤੇ ਇੱਕ ਦੂਜਾ ਬੰਦਾ ਵੱਜਦੇ ਵੱਜਦੇ ਗਿਰ ਗਿਆ ਸੀ ਗੁਰਪ੍ਰੀਤ ਸਿੰਘ। ਉਹ ਦੋਵਾਂ ਨੂੰ ਉੱਥੇ ਤੋਂ ਡਿਟੇਨ ਕਰਕੇ ਇਮੀਜੀਏਟਲੀ ਨਾਕਾਬੰਦੀ ਜੇ ਸੀਗੀ ਉਹਨੂੰ ਵਾਇਰਲੈਸ ਦੇ ਉੱਪਰ ਮੈਸੇਜ ਕਰਕੇ ਬਾਕੀ ਤਿੰਨ ਬੰਦੇ ਜੋ ਵੱਜੇ ਸੀ ਜੇ ਉਸ ਤੋਂ ਆਈ ਥਿੰਕ ਕਰੀਬ ਅੱਧਾ ਕਿਲੋਮੀਟਰ ਦੂਰ ਇੱਕ ਮਾਹੀ ਮੈਰਿਜ ਰਿਜ਼ੋਰਟ ਹੈਗਾ ਉਸ ਪਾਸੇ ਵੱਜੇ ਸੀਗੇ। ਉੱਥੇ ਨਾਕਾਬੰਦੀ ਔਰ ਜੋ ਸਾਡੇ ਗਸ਼ਤ ਪਰ ਸੀਗੇ ਅਫਸਰ ਉਹ ਇਮੀਜੀਏਟਲੀ ਉੱਥੇ ਪਹੁੰਚੇ ਅਤੇ ਉਹਨਾਂ ਨੂੰ ਉੱਥੇ ਕੋਡਨ ਆਫ ਕੀਤਾ ਗਿਆ। ਸਾਡੇ ਸਾਡੇ ਡੀ ਐੱਸ ਪੀ ਪੱਟੀ, ਡੀ ਐੱਸ ਪੀ ਵਿਖੇਵਿਨ, ਨਾਲ ਐੱਸ ਐੱਚ ਓ ਵਲਟੋਆ, ਐੱਸ ਐੱਚ ਓ ਸਦਰ, ਐੱਸ ਐੱਚ ਓ ਸਿਟੀ ਤਰਨ ਤਾਰਨ ਅਤੇ ਉਹਨਾਂ ਨੇ ਚਾਰੇ ਪਾਸੇ ਤੋਂ ਘੇਰ ਕੇ ਉੱਥੇ ਉਹਨਾਂ ਨੂੰ ਵਾਰਨ ਕੀਤਾ ਗਿਆ ਕਿ ਇਹ ਸਰੈਂਡਰ ਕਰ ਦੇਣ। ਬਟ ਇਹਨਾਂ ਨੇ ਕੋਈ ਸਰੈਂਡਰ ਨਹੀਂ ਕੀਤਾ। ਇਹਨਾਂ ਨੇ ਉੱਥੇ ਤੋਂ ਹੈਵੀ ਫਾਇਰਿੰਗ ਕੀਤੀ, ਐਪਰੋਕਸੀਮੇਟ 20-25 ਰਾਊਂਡ ਉਹਨਾਂ ਨੂੰ ਉੱਥੇ ਤੋਂ ਫਾਇਰ ਕੀਤਾ ਅਤੇ ਪੁਲਿਸ ਨੇ ਵੀ ਫਿਰ ਉਹਦੇ ਸੈਲਫ ਡਿਫੈਂਸ ਦੇ ਵਿੱਚ ਉੱਥੇ ਉਹਨਾਂ ਦੇ ਉੱਪਰ ਫਾਇਰ ਕੀਤੇ ਅਤੇ ਐਪਰੋਕਸੀਮੇਟ 40-45 ਮਿੰਟ ਤੱਕ ਐਕਸਚੇਂਜ ਆਫ ਫਾਇਰ ਹੋਇਆ ਸੀਗਾ। ਅਲਟੀਮੇਟਲੀ ਇਹ ਤਿੰਨੋਂ ਬੰਦੇ ਸੀਗੇ ਉਹ ਇੰਜਰਡ ਸੀਗੇ ਔਰ ਜਦੋਂ ਇਹਨਾਂ ਨੂੰ ਲੱਗਿਆ ਕਿ ਉਹਨਾਂ ਦੇ ਕੋਲ ਵੇਪਨ ਦੇ ਵਿੱਚ ਗੋਲੀਆਂ ਖਤਮ ਹੋ ਗਈ ਹੈ ਤਾਂ ਉਹਨਾਂ ਨੇ ਸਰੈਂਡਰ ਕਰਨ ਲਈ ਰਿਕੁਐਸਟ ਕੀਤੀ ਜੇ ਅਸੀਂ ਮੰਨ ਕੇ ਉਹਨਾਂ ਨੂੰ ਫਿਰ ਡਿਟੇਨ ਕੀਤਾ। ਅਤੇ ਇਹਨਾਂ ਤੋਂ ਸਾਨੂੰ ਤਿੰਨ ਕੰਟਰੀਮੇਡ ਸੋਫਿਸਟੀਕੇਟਡ ਪਿਸਟਲਸ 32 ਬੋਰ ਦੇ, ਇੱਕ ਜੋ ਅੱਜ ਸਵੇਰੇ ਖੋਈ ਸੀ ਉਹ ਗੱਡੀ, ਨਾਲ ਇੱਕ ਸਵਿਫਟ ਗੱਡੀ ਅਤੇ ਅਪਰੋਕਸੀਮੇਟ 87,000 ਰੁਪੀਜ਼ ਜੇ ਅੱਜ ਸਵੇਰੇ ਇਹਨਾਂ ਨੇ ਖੋਏ ਸੀਗੇ। ਇੱਕ ਅਫੀਮ ਆਈ ਥਿੰਕ ਕਿੰਨਾ ਗ੍ਰਾਮ ਸੀਗਾ ਉਹ ਤੋਂ, ਅਤੇ 705 ਗੋਲੀਆਂ ਇਹਨਾਂ ਤੋਂ ਬਰਾਮਦ ਹੋਈ ਹੈ ਅਤੇ ਜੇ FIR ਨੰਬਰ 9 ਸਿਟੀ ਪੁਲਿਸ ਸਟੇਸ਼ਨ ਦੇ ਵਿੱਚ ਰਜਿਸਟਰ ਕੀਤੀ ਗਈ ਹੈ 307, 332, 148, 149 ਆਰਮਜ਼ ਐਕਟ, 353, 186 ਸੈਕਸ਼ਨ ਦੇ ਵਿੱਚ।
ਅਤੇ ਦੋ ਮੁਲਾਜ਼ਿਮ ਇਹਦੇ ਵਿੱਚ, ਇੱਕ ਸਵੇਰੇ ਜਦੋਂ ਗੱਡੀ ਦੇ ਨਾਲ ਹੋਈ ਸੀ ਉੱਥੇ, ਅਤੇ ਉਸ ਤੋਂ ਬਾਅਦ ਇੱਕ ਹੋਰ ਵਿਕਰਮਜੀਤ PhD ਉਹਨੂੰ ਵੀ ਥਾਈ ਦੇ ਉੱਪਰ ਗੋਲੀ ਲੱਗੀ ਹੈ। ਦੋਵਾਂ ਨੂੰ ਅਸੀਂ ਹੋਸਪਿਟਲਾਈਜ਼ ਕੀਤਾ ਹੈਗਾ, ਨਾਲ ਜੇ 4 ਅਕਿਊਜ਼ਡ ਸੀਗੇ ਉਹਨਾਂ ਨੂੰ ਵੀ ਹੋਸਪਿਟਲਾਈਜ਼ ਕੀਤਾ ਹੈ। ਇਹਦੇ ਵਿੱਚ ਇੱਕ ਵਿਕਰਮਜੀਤ ਸੀਗਾ ਜੇ ਉੱਥੇ ਤੋਂ ਬਚਦੇ ਸਮੇਂ ਡਿੱਗ ਗਿਆ ਸੀਗਾ, ਉਹਦੀ ਅਸੀਂ ਬੋਰਡ ਆਫ ਡਾਕਟਰਸ ਤੋਂ ਪੋਸਟਮਾਰਟਮ ਕਰਵਾ ਕੇ ਉਹਦਾ ਮੁਲਾਜ਼ਾ ਕਰਾਵਾਂਗੇ। ਉਹਨੂੰ ਕੋਈ ਫਿਜ਼ੀਕਲ ਇੰਜਰੀ ਵਗੈਰਾ ਨਹੀਂ ਹੈ, ਬਟ ਜੋ ਪਤਾ ਲੱਗਿਆ ਸੀਗਾ ਕਿ ਇਹ ਬੰਦਾ ਨਸ਼ੇ ਕਰਨ ਦਾ ਆਦੀ ਸੀ। ਅਤੇ ਬਾਕੀ ਡਿਟੇਲਡ ਰਿਪੋਰਟ ਜਦੋਂ ਪੋਸਟਮਾਰਟਮ ਹੋਊਗਾ ਉਸ ਤੋਂ ਬਾਅਦ ਪਤਾ ਲੱਗੂਗਾ। ਸਰ ਬਾਕੀ ਦੀ ਪਹਿਚਾਣ ਹੋ ਗਈ ਹੈ, ਅਤੇ ਇਹਦੇ ਵਿੱਚ ਜੇ ਮੇਨ ਹੈਗਾ ਇੱਕ ਗੁਰਜਿੰਦਰ ਸਿੰਘ ਸਨ ਆਫ ਕੁਲਵੰਤ ਸਿੰਘ ਵਿਲੇਜ ਮਾਨਕਪੁਰ, ਦੂਜਾ ਰਾਜਵੀਰ ਸਿੰਘ ਅਲਿਆਸ ਰਾਜੂ ਸਨ ਆਫ ਲਾਹੌਰਾ ਸਿੰਘ ਚੋਲਾ ਸਾਹਿਬ ਦਾ, ਇੱਕ ਗੁਰਪ੍ਰੀਤ ਸਿੰਘ ਅਲਿਆਸ ਗੋਪੀ ਸਨ ਆਫ ਗੁਰਦੇਵ ਸਿੰਘ ਜੱਟ ਵਿਲੇਜ ਬੁੱਲਰ, ਗੁਰਪ੍ਰੀਤ ਸਿੰਘ ਗੋਪੀ ਸਨ ਆਫ ਪਰਮਜੀਤ ਵਿਲੇਜ ਜੱਟਾ, ਜੇ ਬੰਦਾ ਜਿਹਦੀ ਡੈਡ ਬੋਡੀ ਮਿਲੀ ਸੀ, ਅਤੇ ਇੱਕ ਜੱਗੀ ਅਲਿਆਸ ਜਸਵੰਤ ਸਿੰਘ ਹੈ, ਅਤੇ ਇੱਕ ਦਾ ਨਾਮ ਹੈਗਾ ਇਹਦੇ ਵਿੱਚ, ਉਹ ਕਨਫਰਮ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਹੈਗੇ, ਉਹ ਹੁਣ ਤੱਕ ਡਿਟੇਲ ਦੇ ਵਿੱਚ ਕਨਫਰਮ ਨਹੀਂ ਹੋਇਆ। ਉਹਦੇ ਬਾਰੇ ਅਗਰ ਕੋਈ ਕਰੈਕਸ਼ਨ ਹੋਇਆ ਤਾਂ ਤੁਹਾਨੂੰ ਦੱਸ ਦਾਂਗੇ। ਡੈਥ ਕੋਈ ਨਹੀਂ ਹੋਈ ਇਹਦੇ ਵਿੱਚ, ਇਹਨਾਂ ਨੇ ਜੋ ਮੰਨੀ ਹੈਗੀ ਉਹ ਅਪਰੋਕਸੀਮੇਟ 30 ਵਾਰਦਾਤ ਇਹਨਾਂ ਨੇ ਮੰਨੀ ਹੈ, ਅਤੇ ਜੇ ਰਿਕਾਰਡ ਦੇ ਮੁਤਾਬਿਕ ਇਹਨਾਂ ਦੇ ਖਿਲਾਫ਼ ਜਲੰਧਰ ਲੁਧਿਆਣੇ ਰੋਪੜ ਡੇਕੋਈਟੀ ਦੇ ਔਰ ਰੋਬਰੀ ਦੀ ਵਾਰਦਾਤਾਂ ਰਜਿਸਟਰਡ ਨੇ। ਗੁਰਪ੍ਰੀਤ ਗੋਗੀ ਹੈਗਾ, ਉਹਦੇ ਬਾਰੇ ਸਾਨੂੰ ਸ਼ੱਕ ਹੈ ਕਿ ਉਹੀ ਬੰਦੇ ਨੇ ਜੇ ਕੁਛ ਕੁ ਟਾਈਮ ਪਹਿਲਾਂ ਅਪਰੋਕਸੀਮੇਟ 1.5 ਮਹੀਨਾ ਪਹਿਲਾਂ ਸਰਾਇਆ ਮਾਨਕ ਖਾਂ ਤੋਂ ਫੋਰਚੂਨਰ ਗੱਡੀ ਖੋਈ ਸੀ, ਅਤੇ ਸਾਨੂੰ ਡਾਊਟ ਹੈ ਕਿ ਉਹੀ ਬੰਦਾ ਹੈਗਾ। ਹੁਣ ਜਦੋਂ ਇਹ ਮੈਡੀਕਲੀ ਫਿੱਟ ਹੋ ਜਾਣਗੇ ਇਹਦੀ ਪੁੱਛਗਿੱਛ ਕਰਾਂਗੇ, ਉਸ ਤੋਂ ਬਾਅਦ ਫਰਦਰ ਡਿਟੇਲਸ ਤੁਹਾਨੂੰ ਅਸੀਂ ਦੇ ਸਕਦੇ ਹਾਂ। ਸਦਰ ਏਰੀਆ ਦੇ ਵਿੱਚ ਦੋ ਵਾਰਦਾਤ ਇਹਨਾਂ ਨੇ ਭਿੱਖੀ ਪਿੰਡ ਦੇ ਵਿੱਚ, ਅਤੇ ਅੱਜ ਸਵੇਰੇ ਦੋ ਵਾਰਦਾਤ, ਇੱਕ ਸਰਹਾਲੀ ਇੱਕ ਚੋਲਾ ਸਾਹਿਬ।